संस्कार है सिख धर्म च पांच संस्कार कहे जाते हैं ना जो सिखाए जाते हैं। मनदीप तुसी दसो कि जन्म संस्कार, विद्या संस्कार, अंतिम संस्कार जी, अनंत संस्कार, अंतिम संस्कार। बाणी किन्ने गुरुआं दी दर्ज की गई है? बाणी श्री छे गुरु साहिबाना दी बाणी दर्ज है, पहले पांच ते नौवें गुरु साहिबान, नौवें गुरु साहिबान ने। ते बाणी शुरू कित्थों हुंदी है? एक ओंकार। क्या बात है, एक ओंकार दा अर्थ पता? परमात्मा एक है। क्या गुरु नानक देव जी किन्नवें गुरु? पहले गुरु ने, पहले गुरु। भगवंत मान जी कुछ कहना चाहते पंजाब, चंडीगढ़, हरियाणा, जम्मू, असम, दिशपुर, छत्तीसगढ़, रायपुर, सिक्किम, मुंबई, वेस्ट बंगाल, कोलकाता, उत्तराखंड, देहरादून, तेलंगाना, हैदराबाद, त्रिपुरा, तमिलनाडु, हिमाचल प्रदेश, शिमला, राजस्थान, जयपुर, बिहार, पटना, गुजरात, गांधीनगर, झारखंड, रांची, महाराष्ट्र, मुंबई, मध्य प्रदेश, भोपाल, गोवा, पणजी, आंध्र प्रदेश, अमरावती, उत्तर प्रदेश, लखनऊ, कर्नाटक, बेंगलुरु, केरल, तंजावुर, मणिपुर, इम्फाल, मेघालय, शिलांग, मिजोरम, नागालैंड, कोहिमा, उड़ीसा, भुवनेश्वर। ਨੇ ਮਾਸਕ ਦਾ ਲੰਗਰ ਵੀ ਲਾਇਆ ਸੀ, ਫ੍ਰੀ ਮਾਸਕ ਦਾ, ਜਿਨ੍ਹਾਂ ਨੂੰ ਲੋੜ ਸੀ ਉਹ ਲੈ ਜਾਂਦੇ। ਕੀ ਬਾਤ ਹੈ, ਇਹ ਮਾਸਕ ਫਿਰ ਕਿੱਥੋਂ ਤੁਸੀਂ ਪਰਚੇਜ਼ ਕੀਤੇ ਸੀ ਜਾਂ ਬਣਾਏ ਸੀਗੇ? ਪਰਚੇਜ਼ ਕੀਤੇ ਸੀ ਸਾਡੀ, ਜਿਹੜੀ ਜਿਵੇਂ ਬੱਚਿਆਂ ਦੀ ਪਿੱਗੀ ਬੈਂਕ ਹੁੰਦੀ ਹੈ ਜਿਵੇਂ, ਉਹ ਸਾਡੀ ਸੀਗੀ, ਉਹ ਚੋਂ ਅਸੀਂ ਕੀਤੀ ਸੀ। ਕਿੰਨੇ ਕਿੰਨੇ ਫਿਰ ਮਾਸਕ ਦੀ ਕੁਝ ਯਾਦ ਹੈ? ਲਗਭਗ 150 ਦੇ ਸੀਗੇ, 15 1500 ਰੁਪਏ ਦੇ 150 ਮਾਸਕ ਲੈ ਕੇ ਤੁਸੀਂ ਲੰਗਰ ਲਾਇਆ ਜੀ। ਕੀ ਬਾਤ ਹੈ, ਇਹ ਸਿੱਖਿਆ ਸਾਰੀ ਕਿੱਥੋਂ ਮਿਲਦੀ ਹੈ? ਐਸਪੀਐਸ ਉਬਰਾਏ ਜੀ ਵੀ ਵਧੀਆ ਕੰਮ ਕਰ ਰਹੇ ਸੀਗੇ, ਤੇ ਵਿਸ਼ਨ ਖਾਲਸਾ ਵੀ ਵਧੀਆ, ਉਹ ਤਾਂ ਅਸੀਂ ਉਹਨਾਂ ਤੋਂ ਅਸੀਂ ਇਨਸਪਾਇਰ ਹੋ ਕੇ ਕੀਤੇ ਸੀ। ਐਪਲ ਫੋਨ ਕਿਹਨੇ ਬਣਾਇਆ? ਆਈਫੋਨ। ਸਟੀਵ ਜੌਬਸ। ਬਲਬ ਦੀ ਖੋਜ। ਥਾਮਸ ਐਡੀਸਨ। ਕੈਮਰਾ। ਨਾਈਟ ਫੋਨ ਨਿਪਸ। ਰਾਕੇਟ। ਐਰੋਪਲੇਨ ਰਾਈਟ ਬ੍ਰਦਰ। ਪਾਪਾ ਕਰਦੇ ਕੀ ਨੇ? ਪਾਪਾ ਡੇਲੀ ਬੇਸ ਤੇ ਲੇਬਰ ਕਰਦੇ। ਡੇਲੀ ਬੇਸ ਤੇ ਲੇਬਰ ਕਰਦੇ ਨੇ। ਜੇ ਵੀਡੀਓ ਭਗਵੰਤ ਮਾਨ ਜੀ ਦੇਖ ਰਹੇ ਆ, ਸਾਡੇ ਸੀਐਮ ਨੇ, ਮਾਨਯੋਗ ਸੀਐਮ ਨੇ, ਤਾਂ ਉਹਨਾਂ ਨੂੰ ਕਹਿਣਾ ਚਾਹੁੰਦਾ ਸਾਡੀ ਪਲੀਜ਼ ਹੈਲਪ ਕਰੋ, ਤਾਂ ਜੋ ਹੋਰ ਬੱਚੇ ਸਾਨੂੰ ਦੇਖ ਕੇ ਅੱਗੇ ਆਉਣ ਅਤੇ ਆਪਣਾ ਪੰਜਾਬ ਐਨ ਵਧੀਆ ਸੂਬਾ ਬਣ ਸਕੇ। ਮਦੀ ਪਟੇ ਹੋ ਕੀ ਬਣਨਾ? ਜੱਜ। ਪਹਿਲਾ ਜੱਜ ਕੌਣ? ਮਲਹੋਤਰਾ। ਅੱਛਾ, ਆਪਾਂ ਕੀ ਬਣਨਾ ਜੀ? ਸੀਈਓ। ਸੀਈਓ, ਸੀਈਓ ਕਿਉਂ ਬਣਨਾ? ਮੈਨੂੰ ਤਾਂ ਕਈ ਸੀਏ ਨੇ, ਜਿਵੇਂ ਸੁੰਦਰ ਪਿਚਾਈ ਇੰਡੀਆ ਦੇ ਗੂਗਲ ਦੇ ਸੀਈਓ ਨੇ, ਉਹ ਵਧੀਆ ਲੱਗਦੇ ਨੇ। ਸਤਿਆ ਨਡੇਲਾ ਨੇ ਮਾਈਕਰੋਸਾਫਟ ਦੇ ਸੀਈਓ, ਕਈ ਹੋਰ ਵੀ ਨੇ ਜੀ। ਪੰਜਾਬ ਚ ਐਤਕੀ ਜਦੋਂ ਵੋਟਾਂ ਹੋਈਆਂ ਸੀ ਤਾਂ ਕਿੰਨੇ ਉਮੀਦਵਾਰ ਸੀਗੇ? 1304 ਸੀਗੇ ਜੀ। ਮੈਨੂੰ ਵੀ ਇੰਨਾ ਕੁ ਮੈਨੂੰ ਪਤਾ, ਕੋਈ ਮੈਂ ਲਗਾਤਾਰ ਰਿਪੋਰਟਿੰਗ ਕੀਤੀ। ਅੱਛਾ, ਵੋਟਰ ਕਿੰਨੇ ਸੀਗੇ? ਵੋਟ ਸੀਗੇ 2,14,99,804। ਕਿਉਂ ਬਾਤ ਹੈ, ਐਤਕੀ ਆਈਪੀਐਲ ਦਾ ਸ਼ਡਿਊਲ ਕੀ ਹੈ? ਐਤਕੀ ਆਈਪੀਐਲ ਚ ਪਹਿਲਾਂ 8 ਟੀਮਸ ਹੁੰਦੀਆਂ ਸੀ, ਹੁਣ ਐਤਕੀ 10 ਟੀਮਸ ਨੇ। 10 ਟੀਮਸ ਨੇ, ਦੋ ਨਵੀਆਂ ਕਿਹੜੀਆਂ ਐਡ ਹੋਈਆਂ? ਗੁਜਰਾਤ ਟਾਈਟਨਸ ਮੀਨ ਜੀਟੀ, ਲਖਨਊ ਸੁਪਰ ਜੈਂਟਸ ਐਲਐਫ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮੈਂ ਹਾਂ ਸੁਰਖਾਬ। ਦੋਸਤੋ, ਕਾਂਗਰਸ ਨੇ ਆਪਣਾ ਨਵਾਂ ਕਪਤਾਨ ਚੁਣ ਲਿਆ, ਰਾਜਾ ਵੜਿੰਗ। ਉਸ ਤੋਂ ਬਾਅਦ ਕਾਂਗਰਸ ਦਾ ਕਲੇਸ਼ ਮੁੱਕਣਾ ਕਿ ਨਹੀਂ ਮੁੱਕਣਾ, ਕਾਂਗਰਸ ਆਮ ਆਦਮੀ ਪਾਰਟੀ ਨੂੰ ਕਿਵੇਂ ਘੇਰੇਗੀ, ਆਮ ਆਦਮੀ ਪਾਰਟੀ ਹੋਰ ਕਿਹੜੇ ਫੈਸਲੇ ਲਵੇਗੀ, ਪੰਜਾਬ ਦੀ ਤਰੱਕੀ ਕਿਵੇਂ ਹੋਊਗੀ, ਇਹ ਮਸਲੇ ਚੱਲਦੇ ਰਹਿਣੇ ਆ। ਇਹ ਮਸਲੇ ਪੰਜਾਬ ਦੀ ਰਾਜਨੀਤੀ ਨਾਲ, ਪੰਜਾਬ ਨਾਲ ਜੁੜੇ ਹੋਏ ਨੇ। ਜ਼ਰੂਰੀ ਹੈ ਇਹ ਮਸਲਿਆਂ 'ਤੇ ਅਪਡੇਟ ਤੁਹਾਨੂੰ ਦਿੰਦੇ ਰਹੀਏ, ਲੇਕਿਨ ਜ਼ਰੂਰੀ ਇਹ ਵੀ ਹੈ ਕਿ ਸਮਾਜ 'ਚ ਹੋਰ ਕੁਝ ਕੀ ਹੁੰਦਾ ਹੈ ਉਹ ਤੁਹਾਡੇ ਤੱਕ ਪਹੁੰਚਾਉਂਦੇ ਰਹੀਏ। ਅੱਜ ਮੇਰੇ ਨਾਲ ਦੋ ਨਿੱਕੇ ਨਿੱਕੇ ਅਜਿਹੇ ਤੇਜ਼ ਦਿਮਾਗ ਨੇ ਜਿਨ੍ਹਾਂ ਦੀਆਂ ਗੱਲਾਂ, ਜਿਨ੍ਹਾਂ ਨੂੰ ਪੁੱਛੇ ਗਏ ਸਵਾਲਾਂ ਦੇ ਜਵਾਬ ਸੁਣ ਕੇ ਤੁਹਾਡੇ ਕੰਨ, ਤੁਹਾਡੀਆਂ ਅੱਖਾਂ ਹੈਰਾਨ ਰਹਿ ਜਾਣਗੀਆਂ ਕਿ ਨਿੱਕੀ ਨਿੱਕੀ ਉਮਰ ਦੇ ਬੱਚੇ ਐਡਾ ਕੁਛ ਯਾਦ ਕਿਵੇਂ ਕਰੀ ਬੈਠੇ ਨੇ। ਹਾਲਾਂਕਿ ਗੂਗਲ ਇੱਕ ਜਿਹੜਾ ਕਿ ਅਸੀਂ ਕਹਿ ਦਈਏ ਇੱਕ ਯੰਤਰ ਹੈ, ਗੂਗਲ ਇੱਕ ਅਸੀਂ ਕਹਿ ਦਈਏ ਬ੍ਰਹਿਮੰਡ ਦਾ ਇੱਕ ਉਹ ਔਜ਼ਾਰ ਹੈ ਜਿਸ ਦੇ ਨਾਲ
कोई भी ज्ञान की गल कोई भी चीज़ मैटर है मसला आ उसके बारे जाने जा सकता है। पर ये बच्चे किसी गूगल तो घट नहीं है। कमलदीप सिंह ते मनदीप कौर मेरे नाल छोटी छोटी उम्र के दो बच्चे ने जिला फतेहगढ़ साहब के रहने वाले ने भी इन्हों भी गूगल बॉय गूगल गर्ल कहा जाता है क्योंकि बहुत कुछ अपने निके निके दिमागों के समेटी बैठे आ। सत श्री अकाल दोनों नूं। सत श्री अकाल जी। अच्छा अटेंडेंस लाओ पहला। कमलदीप सिंह। क्लास 6th। उम्र कितनी है? 10 साल जी। 10 साल। हां जी मनदीप जी। 8 साल। 8 साल उम्र है। केड़ी क्लास पढ़दे हो? चौथी च पढ़दे हो। अच्छा किन्ना कुछ याद कर लेने हो? जिन्ना क पढ़िया उन्ना याद कर लेने जिन्ना क पढ़िया हुंदा। पढ़दे किवें हो? पढ़दे जिवें लोग पढ़दे सिखदे ऐ चीजां। मेरे कहने का मतलब यह भी स्कूल की पढ़ाई तो हुई है ना। असं गूगल बॉय गूगल गर्ल के नाल तुहानू जानते हैं। स्कूल की पढ़ाई एक वक्री है। स्कूल की पढ़ाई एक बर्डन लगती है बोझ लगती है बहुत सारे बच्चों वेखन वो नाल तुसी जनरल नॉलेज वक्रे तरह के ज्ञान रखते हो करंट अफेयरस जिहड़े वो तुहानू पता हुंदा है। ये सारा ज्ञान इकट्ठा किवें करते हो मेहनत किवें करते हो? असं बुक्स पढ़ते हैं कई हर थां तों जिथों भी नॉलेज मिलती है असं उथों गेन करते हैं। सानू जे कोई भी करंट अफेयर बदलदा कोई भी चीज ਨਿਆ ਪਾਪਾ ਦੱਸਦੇ ਆ ਬਾਕੀ ਅਸੀਂ ਬੁੱਕਸ ਪੜ੍ਹਦੇ ਹਾਂ ਤਾਂ ਨੌਲੇਜ ਮਿਲਦੀ ਹੈ ਨੌਲੇਜ ਮਿਲਦੀ ਜਿਹੜੀ ਵੀ ਚੀਜ਼ ਤੋਂ ਨੌਲੇਜ ਮਿਲਦੀ ਹੈ ਨਿਊਜ਼ਪੇਪਰ ਤੋਂ ਅਸੀਂ ਪੜ੍ਹਦੇ। ਅੱਛਾ ਤੁਹਾਨੂੰ ਗੂਗਲ ਬੁਆਏ ਤੇ ਗੂਗਲ ਗਰਲ ਕਿਹਾ ਜਾਂਦਾ ਮਨਦੀਪ ਤੁਹਾਡੇ ਤੋਂ ਪੁੱਛੂਗਾ ਮੈਂ ਕਿਵੇਂ ਦਾ ਲੱਗਦਾ ਹੈ? ਵਧੀਆ ਲੱਗਦਾ ਹੈ ਜੀ। ਵਧੀਆ ਲੱਗਦਾ ਜੀ। ਹਾਂਜੀ ਬੜੀ ਸੋਹਣੀ ਸਮਾਈਲ ਹੈ ਵਿੱਚ ਤੁਹਾਡੀ। ਚਲੋ ਆਪਾਂ ਕਲਾਸ ਜਿਹੜੀ ਨਾਲ ਚੱਲਦੀ ਰਹੂਗੀ ਪਰ ਉਹਦੇ ਨਾਲ ਨਾਲ ਆਪਾਂ ਸਵਾਲਾਂ ਜਵਾਬਾਂ ਦਾ ਸਿਲਸਿਲਾ ਜਾਰੀ ਰੱਖਾਂਗੇ ਤਾਂ ਜੋ ਪਤਾ ਲੱਗੇ ਵੀ ਇਹਨਾਂ ਨੂੰ ਗੂਗਲ ਬੁਆਏ ਗੂਗਲ ਗਰਲ ਕਿਉਂ ਕਿਹਾ ਜਾਂਦਾ ਆ। तैयार रहो मैं बहुत हैरान होया हालांकि असं पहला बहुत गल् कर चुके हैं कैमरे के पिछे पर तुहानू गल थोड़े तक लैके आवांगे। अच्छा सब तो पहले आप सिख धर्म तो शुरू कर लीए। संस्कार है सिख धर्म च पांच संस्कार कहे जाते हैं ना जो सिखाए जाते हैं। मनदीप तुसी दसो केड़े केड़े ने? जन्म संस्कार, विद्या संस्कार, अमृत संस्कार जी, अनंत संस्कार, अंतिम संस्कार। अच्छा गुरुआं दी बाणी बारे पता है? गुरु ग्रंथ साहिब बारे नॉलेज है? की नॉलेज है? मैं कमल तुहाडे तों सुनना चाहुंदा गुरु ग्रंथ साहिब बारे बाणी किन्ने गुरुआं दी दर्ज कीती गई है उच्च बाणी श्री छे गुरु साहिबानां दी बाणी दर्ज है पहले पांच ते नौवें गुरु साहिबान ने नौवें गुरु साहिबान ने ते बाणी शुरू कित्थों हुंदी आ? बाणी शुरू एक ओंकार तों हुंदी है। क्या बात है। एक ओंकार दा अर्थ पता? परमात्मा एक है। क्या बात है। अच्छा मैं इक गुरु नानक देव जी बारे दो चार सवाल कर लां जी। गुरु नानक देव जी किन्नवें गुरु? पहले गुरु ने जी। पहले गुरु है। मनदीप गुरु नानक देव जी के उपदेश पता है किवें उन्होंने कड़ियां उदासियां कीतियां या तुसी जिहड़ा मर्जी दस दो दोवां चो? मैं दस सकदी। हां जी हां जी कमल तुसी दस्सो। उन्होंने चार उदासियां कीतियां ने जी ते उन्होंने ओह दित्ते है जी वचन दित्ते है किरत करो नाम जपो वंड छको। क्या बात है। ए बहुत जरूरी चीजां ने क्योंकि मैनूं अज भी याद है 550 साल प्रकाश पुरब से सुल्तानपुर लोधी धरती से मनाया गया सी उत्थे सी निक्के निक्के बच्चों जो गुरु नानक देव जी बारे पुछया उन्हां बच्चों जो उत्थे आए सी तां वो किते ना किते इस पूरे असी कह दिए इतिहास तो अनजाण सी जां चंगी तरह जाणदे नहीं सी। बहुते बच्चों ने तां शायद ये भी नहीं पता सी कि उन्हां दे पहले गुरु जां जिथे वो आए ने गुरु नानक देव जी पहले गुरु ने ते कितना कितने दिल नूं ठेस पहुंची कि सिख इतिहास तो बच्चे अनजाण क्यों आ उसनू लैके बड़ा वड्डा मसला खड़ा होया सी लेकिन बच्चों जेकर पता तां चंगा लगता है जरूरी है सब नू पता होना चाहिए। अच्छा मनदीप बड़े होके की बनना है? जज। पहला जज कौन है? इंदु मल्होत्रा। हाँ जी इंदु मल्होत्रा। इंदु मल्होत्रा पहले एसी जज। हाँ पहले की जी एसी जज। हाँ मैं पूरा खुल के बोलो आप क्लास कि बोल दें खुल के बोल लिया करो। अच्छा आप की बनना जी? सीईओ। सीईओ सीईओ क्यों बनना? क्योंकि सीईओ वधिया लगदा मेरे पापा दा भी ड्रीम है मैं सीईओ बनना। अच्छा हां जी मेरा केड़ा सीईओ वधिया लगदा होना जेड़ा हुन तां कई सीईओ ने जिवें सुंदर पिचाई इंडिया दे गूगल दे सीईओ ने ओह वधिया लगदे ने सत्या नडेला ने माइक्रोसॉफ्ट दे सीईओ कई होर भी ने जी। अच्छा होर भी ने तो तुसी तुहानू ज्यादा वधिया केड़ा लगदे ने? ਇਸ ਟਾਈਮ ਤਾਂ ਜਿਆਦਾ ਸੁੰਦਰ ਪਿਚਾਈ ਵਧੀਆ ਲੱਗਦੇ ਨੇ। ਕਾਰਨ ਕੋਈ ਵਧੀਆ ਗੱਲ ਉਹਨਾਂ ਦੀ? ਇੰਡੀਅਨ ਨੇ ਨੀ ਇੰਡੀਅਨ ਨੇ ਤਾਂ ਕਰਕੇ। ਕੀ ਬਾਤ ਹੈ। ਅੱਛਾ ਮੌਜੂਦਾ ਹਾਲਾਤਾਂ ਬਾਰੇ ਪਤਾ ਪਿੱਛੇ ਜੇ ਪੰਜਾਬ 'ਚ ਚੋਣਾਂ ਹੋਈਆਂ ਨੇ ਕਿਹਦੀ ਸਰਕਾਰ ਬਣੀ ਹੈ? ਆਮ ਆਦਮੀ ਪਾਰਟੀ। ਆਮ ਆਦਮੀ ਪਾਰਟੀ ਦੀ ਹਾਂਜੀ ਤੇ ਮੁੱਖ ਮੰਤਰੀ ਕੌਣ ਹੈ? ਸਰਦਾਰ ਭਗਵੰਤ ਸਿੰਘ ਮਾਨ ਜੀ।
अच्छा मान जी, भगवंत सिंह मान जी नु जानदे हो? हां जी। किवें की कुछ जानदे ना बारे? एक बार ऐसे उन्हां नु मिले भी होए। अच्छा मिले हुए हो? हां जी। कदों मिले सी? कुछ कुछ लगभग 6 मंथ, हां जी 6 मंथ पहले। अच्छा चुनाव तो पहला मिले हो? हां जी। की गलबात हुई भगवंत मान जी नाल? पढ़ने लिखने वाले बच्चे ने उन्हां दी हेल्प की जाए ता जो ओह अगे होर आउण ते अपना पंजाब उम्मीदवार वोटर सी के 2,14,99,804। क्या बात है। अच्छा आम आदमी पार्टी नु कितनी सीटें आई हैं? 92 सीटें। मंत्रियों बारे पता? हां जी। शिक्षा मंत्री कौन है? गुरमीत सिंह मीठिया। मीठिया कितों जिते सी? बरनाले तो। अच्छा आम आदमी पार्टी बढ़िया लगती है? हां जी ता बढ़िया लगती है। हुन कह रहे सी ओ पंजाब च सुधार करनगे, हुन पंजाब नु बढ़िया बनाउणगे जी। अच्छा अच्छा प्रदीप ते कमल हुन तक किन्ने क इनाम मिले आ तुहानू? इनाम तो बहुत मिले आ। बहुत केड़े केड़े? सब तो वड्डा इनाम केड़ा आ? सडा नाम सब तो वड्डा एशिया बुक ऑफ रिकॉर्ड आ। सडा नाम दर्ज होया सी? नाम दर्ज होया सी। हां जी। दोना दा? नहीं मेरा नहीं होया जी। तोड़ा ही रहंदा है ना? हां जी। अच्छा एशिया बुक ऑफ रिकॉर्ड च एक बच्चे दा नाम दर्ज है, एक दा रहंदा है, ते लिमका बुक ऑफ रिकॉर्ड दी तैयारी चल रही है? हां जी। चलो उम्मीद करते हैं छेती इह जिहड़ा के सफलता मिल सके। इना टाइम इनी छोटी उम्र च आदी पढ़ाई नु दिने किवें हो? पढ़ाई नु देखो हुन पहला तो स्कूल दी स्टडी करनी पैंदी है क्योंकि स्कूल दी स्टडी भी जरूरी है। ठीक है। ते बाद च जदों फिर मन करदा पढ़न दा फिर उदों पढ़ लेने आ जी। चलो क्या बात। अच्छा स्कूल च फिर पूरी चढ़ाई हुंदी होगी ना, गूगल बॉय गूगल गर्ल जांदे आ? हां जी। अच्छा मैं सुनया भी होर ना स्कूल वाले अप्रोच कीती तुहानू भी साडे कोल आओ साडे कोल आओ? हां जी। किहड़े स्कूल च पढ़दे हो? बाबा जोरावर सिंह फतेह सिंह सीनियर सेकेंडरी पब्लिक स्कूल शरी फतेहगढ़ साहिब। क्या बात है। जब तो गूगल बॉय गूगल कर ले क्या जांदा है ते कदां दा महसूस हुंदा है? ਤੁਹਾਡੇ ਤੋਂ ਪੁੱਛਾਂਗੇ। ਵਧੀਆ ਮਹਿਸੂਸ ਹੁੰਦਾ। ਵਧੀਆ ਮਹਿਸੂਸ ਹੁੰਦਾ। ਹਾਂਜੀ। ਤੁਹਾਡੇ ਨਾਲ ਦੇ ਕਲਾਸਮੇਟ ਵੀ ਤੁਹਾਨੂੰ ਕਹਿੰਦੇ ਨੇ ਗੂਗਲ ਕਰ ਲਾ ਗਈ? ਹਾਂਜੀ। ਹੈ ਤੇ ਤੁਹਾਨੂੰ ਜਦੋਂ ਉਹਨਾਂ ਤੋਂ ਵੱਧ ਗਿਆਨ ਆ ਤੁਹਾਨੂੰ ਫਿਰ ਬਰਾਬਰ ਦਾ ਹੀ ਜੀ। ਬਰਾਬਰ ਦਾ ਹੀ ਜੀ। ਉਹ ਵੀ ਐ ਪੜ੍ਹ ਲੈਂਦੇ ਨੇ ਸਾਰੇ ਬੱਚੇ ਬਾਕੀ ਸਕੂਲ ਨੇ ਤਾਂ ਜੀ ਐਵੇਂ ਹੀ ਪੜ੍ਹਦੇ ਹੁਣਾ ਚੀਜ਼ ਕੋਈ ਖਾਸ ਆ ਥੋੜੀ ਜਿਹੀ ਡਿਫਰੈਂਟ ਹੈ। ਬੜੇ ਮਾਸੂਮੀਅਤ ਆ ਚੀਜ਼ ਖਾਜਾ। ਅੱਛਾ ਪਿੱਛੇ ਜੇ ਭਾਰਤ ਸਰਕਾਰ ਨੇ ਸਿੱਖ ਗੁਰੂ ਨੇ ਆਪਣੇ ਇੱਕ ਉਹਨਾਂ ਦਾ ਪ੍ਰਕਾਸ਼ ਪੁਰਬ ਮਨਾਇਆ ਪਿੱਛੇ ਜੀ ਦੋ ਤਿੰਨ ਦਿਨ ਪਹਿਲੇ ਮਨਾਇਆ। ਹਾਂਜੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਮਨਾਇਆ ਜੀ। ਅੱਛਾ ਕਿੰਨਵਾਂ ਪ੍ਰਕਾਸ਼ ਪੁਰਬ ਸੀ? 400ਵਾਂ ਪ੍ਰਕਾਸ਼ ਪੁਰਬ ਸੀ ਜੀ। ਠੀਕ ਹੈ। ਕੁਝ ਖਾਸ ਯਾਦ ਹੈ ਉਹਦੇ ਬਾਰੇ ਪ੍ਰੋਗਰਾਮ ਬਾਰੇ ਕੁਝ ਬੁੱਤੇ ਖਾਸ ਇੱਕ ਸਿੱਕਾ ਜਾਰੀ ਕੀਤਾ ਉਹਨਾਂ ਦੀ ਯਾਦ ਚ ਨਾਨਕ ਸ਼ਾਹੀ ਸਿੱਕਾ ਸਿੱਕਾ ਜਾਰੀ ਕੀਤਾ 400 ਰੁਪਏ ਦਾ ਇੱਕ ਇੱਕ ਸਿੱਕ 400 ਰੁਪਏ ਦਾ ਭਾਰਤ ਸਰਕਾਰ ਨੇ ਸਿੱਕਾ ਜਾਰੀ ਕੀਤਾ ਇੱਕ ਡਾਕ ਟਿਕਟ ਵੀ ਜਾਰੀ ਕੀਤੀ ਹੈ ਜੀ। ਇਹ ਬੜੀਆਂ ਚੀਜ਼ਾਂ ਅਹਿਮ ਚੀਜ਼ਾਂ ਨੇ ਇਹ ਬੜੀਆਂ ਇਤਿਹਾਸਿਕ ਚੀਜ਼ਾਂ ਹੁੰਦੀਆਂ ਨੇ ਕਿਉਂਕਿ ਜਦੋਂ ਇਤਿਹਾਸਿਕ ਇਸ ਕਰਕੇ ਹੁੰਦੀਆਂ ਕਿਉਂਕਿ ਤੁਸੀਂ ਦੇਖੋ 400 ਸਾਲਾਂ ਸੀ ਤੇ ਉਸ ਨੂੰ ਸਮਰਪਿਤ 400 ਰੁਪਏ ਦਾ ਇੱਕ ਸਿੱਕਾ ਜਾਰੀ ਕਰਨਾ ਫਿਰ ਡਾਕ ਟਿਕਟ ਜਾਰੀ ਕਰਨੀ ਇਹਦਾ ਆਉਣ ਵਾਲੀਆਂ ਪੀੜ੍ਹੀਆਂ ਤੱਕ ਬਹੁਤ ਵੱਡਾ ਅਸਰ ਰਹੂਗਾ ਉਹ ਯਾਦ ਰੱਖਣਗੀਆਂ। ਅੱਛਾ ਪੰਜਾਬ ਦੀ ਗੱਲ ਕਰ ਲਈਏ ਪੰਜਾਬ ਦਾ ਕ੍ਰਿਕਟ ਦਾ ਸਭ ਤੋਂ ਵਧੀਆ ਪਲੇਅਰ ਕਿਹੜਾ? ਭਜਨ ਸਿੰਘ ਨੇ ਯੁਵਰਾਜ ਸਿੰਘ ਨੇ। ਕਿਆ ਬਾਤ ਹੈ। ਆਈਪੀਐਲ ਬਾਰੇ ਨੋਲੇਜ ਹੈ? ਹਾਂਜੀ। ਐਤਕੀ ਆਈਪੀਐਲ ਦਾ ਸ਼ਡਿਊਲ ਕੀ ਹੈ? ਐਤਕੀ ਆਈਪੀਐਲ ਚ ਪਹਿਲਾਂ 8 ਟੀਮਸ ਹੁੰਦੀਆਂ ਸੀ ਹੁਣ ਐਤਕੀ 10 ਟੀਮਸ ਨੇ। 10 ਟੀਮਸ ਨੇ। ਦੋ ਨਵੀਆਂ ਕਿਹੜੀਆਂ ਐਡ ਹੋਈਆਂ? ਗੁਜਰਾਤ ਟਾਈਟਨਸ ਮੀਨਸ ਜੀਟੀ ਲਖਨਊ ਸੁਪਰ ਜੈਂਟਸ ਐਲਐਫਜੀ। ਅੱਛਾ ਆਈਪੀਐਲ ਚੱਲਦਾ ਪਿਆ ਹੈ ਨਾ ਜੀ ਤੇ ਆਈਪੀਐਲ ਸਭ ਤੋਂ ਵੱਧ ਕਿਹਨੇ ਜਿੱਤਿਆ? ਆਈਪੀਐਲ ਹਲੇ ਤੱਕ ਆਰਸੀਬੀ ਜੀਟੀ ਐਲਐਫਜੀ ਜੀ ਨੇ ਜੀ ਤੇ ਸਭ ਤੋਂ ਪਹਿਲਾਂ ਆਈਪੀਐਲ ਆਰਆਰ ਨੇ ਜਿੱਤਿਆ ਸੀ। ਆਰਆਰ ਨੇ ਜਿੱਤਿਆ ਸੀ ਸਭ ਤੋਂ ਪਹਿਲਾਂ ਰਾਜਸਥਾਨ ਰੋਇਲਸ ਜੀ। ਕੁਛ ਯਾਦ ਹੈ ਕਿੰਨੇ ਜਿੱਤ ਕੇ ਸੀ ਦੌੜਾ ਕਿੰਨੇ ਵਿਕਟਾਂ? ਨਹੀਂ ਮੈਨੂੰ ਇੰਨਾ ਨਹੀਂ ਸੀ ਯਾਰ ਪਰ ਉਦੋਂ ਕੈਪਟਨ ਸ਼ੇਨ ਵੌਨ ਸੀਗੇ। ਸ਼ੇਨ ਵੌਨ ਕੈਪਟਨ ਸੀ ਬਿਲਕੁਲ ਬਿਲਕੁਲ ਬਿਲਕੁਲ। ਹਾਂਜੀ ਤੁਹਾਨੂੰ ਇੰਟਰਸਟ ਹੈ ਖੇਡਾਂ 'ਚ? ਹਾਂਜੀ। ਕਿਹੜੀ ਗੇਮ ਖੇਡਦੇ ਹੋ? ਬੈਡਮਿੰਟਨ ਤੇ ਕ੍ਰਿਕਟ।
क्रिकेट खेल लैंदे हो, बैडमिंटन खेल लैंदे हो, बैडमिंटन दे इंडियन प्लेयर, फीमेल इंडियन प्लेयर बैडमिंटन दी, जिन्हां दी फिल्म भी बनी है, पीवी सिंधु, एक होर भी ने, साइना नेहवाल, फिल्म बनी है ना ते, परनीति चोपड़ा उहदे च एक्टिंग करदे ने, वेखी फिल्म, हां जी मैं सुनी है सा ओदी ट्रेलर देखी है, ट्रेलर देख फिल्म नहीं देखी पूरी, नहीं मनु नाम शायद याद नहीं है, शायद शटल ला नाम, शटल नहीं ओदा नाम साइना है, साइना ना नाम है ते, अच्छा और इधर ना मनदीप दा तुहानू जादू दिखाउणे आ, मनदीप तुहानू राजधानियां गणावे कि 1 मिनट तो घट समय दे विच ना मनदीप, हां जी मनदीप शुरू हो जा, राजधानियां गणा लो, पंजाब चंडीगढ़ हरियाणा जनक आसाम दिशपुर छत्तीसगढ़ रायपुर सिक्किम मुंगटो वेस्ट बंगाल कोलकाता उत्तराखंड देहरादून तेलंगाना हैदराबाद त्रिपुरा तमिलनाडु चेन्नई हिमाचल प्रदेश शिमला राजस्थान जयपुर बिहार पटना गुजरात कर्नाटक झारखंड रांची महाराष्ट्र मुंबई मध्य प्रदेश भोपाल गोवा पणजी आंध्र प्रदेश अमरावती उत्तर प्रदेश लखनऊ कर्नाटक बेंगलुरु केरल तमिलनाडु मणिपुर इम्फाल मेघालय शिलांग मिजोरम नागालैंड कोहिमा उड़ीसा भुवनेश्वर न्यूयॉर्क कैलिफोर्निया सैक्रामेंटो जीडीपी फुल फॉर्म ग्रॉस डोमेस्टिक प्रोडक्ट्स तो जीडीपी बारे पता की हुंदी आ जीडीपी जीडीपी शायद देश दी क्रॉप्स दे बेसिस ते हुंदी आ और कदे वधदी जांदी आ क्रॉप्स जिन्नीया ज्यादा होणी जानी वधूगी जिन्नी घट होगी उन्नी घट होगी शायद अच्छा पंजाब सरकार मौजूदा पंजाब सरकार आ ऐलान जेडे कीते आ जेडे फैसले कीते उहनां बारे माड़ा मोटा पता जी ਦੱਸੋ ਫਿਰ ਕਿਹੜੇ ਕਿਹੜੇ ਨੇ ਉਹਨੇ ਬਿਜਲੀ ਦੇ ਯੂਨਿਟਾਂ ਫ੍ਰੀ ਕਰਨੇ ਬਿਜਲੀ ਦੀਆਂ 300 ਯੂਨਿਟਾਂ ਫ੍ਰੀ ਕੀਤੀ ਨੇ ਮਹੀਨੇ ਦੀਆਂ ਠੀਕ ਹੈ ਹਾਂਜੀ 16000 ਮਹਿਲਾ ਕਲੀਨਿਕ ਖੋਲਣੀ ਹੈ ਮਹੱਲਾ ਕਲੀਨਿਕ ਜੀ ਮਹੱਲਾ ਕਲੀਨਿਕ ਜੀ ਸਕੂਲ ਵੀ ਬਣਾਉਣਗੇ ਸਕੂਲ ਵਧੀਆ ਬਣਾਉਣਗੇ ਭ੍ਰਿਸ਼ਟਾਚਾਰ ਖਤਮ ਲਈ ਉਹਨਾਂ ਨੇ ਐਂਟੀ ਹੈਲਪਲਾਈਨ ਨੰਬਰ ਹਸਪੀਟਲ ਵੀ ਵਧੀਆ ਬਣਾਉਣਗੇ ਬਿਲਕੁਲ ਅੱਛਾ ਤੁਹਾਨੂੰ ਲੱਗਦਾ ਵੀ ਪੰਜਾਬ ਸਰਕਾਰ ਇਹ ਜਾਂ ਕੁਝ ਕਰ ਸਕਦੀ ਹੈ ਹਾਂਜੀ ਕੋਈ ਵੀ ਸਰਕਾਰ ਕਰ ਸਕਦੀ ਹੈ ਹਾਂਜੀ ਕਰ ਜੇ ਕਰਨਾ ਹੋਵੇ ਵਧੀਆ ਕਰਨਾ ਤਾਂ ਕੀ ਚਾਹੀਦਾ ਹੈ ਕਨੰਦੇ ਪਹਿਲਾਂ ਐਜੂਕੇਸ਼ਨ ਬੇਸਿਸ ਵਧੀਆ ਬਣਾਉਣੇ ਚਾਹੀਦੀ ਹੈ ਪਹਿਲਾਂ ਹੈਲਥ ਵਧੀਆ ਕਰਨੀ ਚਾਹੀਦੀ ਹੈ ਹਸਪੀਟਲਸ ਵਧੀਆ ਕਰਨੇ ਚਾਹੀਦੇ ਹੈ ਸਕੂਲ ਵਧੀਆ ਕਰਨੇ ਚਾਹੀਦੇ ਹੈ ਅੱਛਾ ਯਾਨੀ ਕਿ ਸਕੂਲ ਕਰਨਾ ਚਾਹੀਦਾ ਸਿਸਟਮ ਇਨਫਰਾਸਟ੍ਰਕਚਰ ਜਿਹੜਾ ਹੈ ਬੁਨਿਆਦੀ ਢਾਂਚਾ ਉਹਨੂੰ ਵਧੀਆ ਕਰਨਾ ਚਾਹੀਦਾ ਬਿਲਕੁਲ ਬੜੀ ਸਹੀ ਗੱਲ ਹੈ ਜੇਕਰ ਸਰਕਾਰ ਦੀ ਨੀਅਤ ਚੰਗੀ ਹੈ ਤਾਂ ਪਹਿਲਾਂ ਜਿਹੜਾ ਢਾਂਚਾ ਹੈ ਸਾਡੇ ਕੋਲ ਉਸ ਨੂੰ ਹੀ ਸੁਧਾਰਿਆ ਜਾਣਾ ਚਾਹੀਦਾ ਹੈ ਉਹ ਮਜ਼ਬੂਤ ਕਰਨਾ ਚਾਹੀਦਾ ਅੱਛਾ ਪਾਇਲਟ ਦਸਤਾਰਧਾਰੀ ਪਾਇਲਟ ਕੌਣ ਹੈ ਪਹਿਲਾਂ सारा कुछ याद कैसे करते हो मैं यह सोच के हैरान हाँ भी मेरे को सवाल बहुत थोड़े रह जाएंगे तेरे को जवाब बहुत ज्यादा नहीं है ना जिन्हें तुम पढ़ते हो यह सारा कुछ कैसे याद रखते हो याद रखने रिवीजन कर करके मतलब हुन एक बारी चीज पढ़े तो याद तो होती नहीं उन रिवीजन करके याद होती है ज्यादा जब कितनी बार रिवीजन करते हो रिवीजन जब फ्री टाइम होने जो तो पढ़ लेने ठीक है महाराजा रणजीत सिंह दे राज बारे कुछ पता हां जी महाराजा रणजीत सिंह दे राज कंधार तो काबल तक सी ठीक है ते किद्दां दा राज शासन सी उहनां दा वधिया राज शासन वधिया सी हां जी हुण भी कहिंदे मांग कीती जांदी है कई बारी भी उदां दा राज शासन चाहीदा क्योंकि सारयां नूं पता इक बराबर समझदे सी हां जी उह सारयां नूं चंगा समझदे सी सारयां नूं इक्को थां ते रखदे सीगे उदां दा राज हरेक सरकार नूं करना चाहीदा ना हां जी देश दे प्रधानमंत्री कौण है नरेंद्र मोदी केड़ी पार्टी तो बिलोंग करदे ने बीजेपी बीजेपी फुल फॉर्म भारतीय जनता पार्टी अच्छा ਤੁਹਾਨੂੰ ਵਧੀਆ ਲੱਗਦੇ ਨੇ ਨਰਿੰਦਰ ਮੋਦੀ ਜੀ ਹਾਂਜੀ ਵਧੀਆ ਲੱਗਦੇ ਨੇ ਸੁਣਦੇ ਹੁੰਨੇ ਭਾਸ਼ਣ ਉਹਨਾਂ ਦਾ ਹਾਂਜੀ ਸਪੀਚ ਸੁਣਨੀ ਸਪੀਚ ਸੁਣਦੇ ਨੇ ਸਪੀਚ ਬੋਲਦੇ ਹੁੰਦੇ ਆ ਪੂਰੀ ਹਿੰਦੀ ਚ ਬੋਲਦੇ ਸਮਝ ਆ ਜਾਂਦੀ ਆ ਹਾਂਜੀ ਕਈ ਵਾਰ ਸਮਝ ਆਉਂਦੇ ਨਹੀਂ ਹਿੰਦੀ ਚ ਕਈ ਵਾਰ ਫਿਰ ਅੱਛਾ ਐਤਕੀ ਸੱਚ ਗੱਲ ਯਾਦ ਆ ਗਈ ਐਤਕੀ ਤਾਂ ਕਰੋਨਾ ਆਇਆ ਸੀ ਹੈਨਾ
ਕਰੋਨਾ ਬਾਰੇ ਕੀ ਪਤਾ ਹੈ ਕਿਵੇਂ ਆਇਆ ਕਰੋਨਾ ਦੀ ਫੁੱਲ ਫਾਰਮ ਕਰੋਨਾ ਵਾਇਰਸ ਡਿਸਾਈਜ਼ 2019 ਕੋਵਿਡ 19 ਦੀ ਫੁੱਲ ਫਾਰਮ ਹੈ ਜੀ ਜੀ ਕਰੋਨਾ ਹੁਆਂਗ ਸ਼ਹਿਰ ਤੋਂ ਸ਼ੁਰੂ ਹੋਇਆ ਚੀਨ ਦੇ ਜੀ ਹੁਆਂਗ ਹਾਂਜੀ ਉਹਦੇ ਨਾਲ ਕੀ ਸਥਿਤੀ ਬਣੀ ਸੀਗੀ थकावट होनी वीकनेस होनी हेड पेन करना ठीक है ते कोरोना हजे कहिंदा चंगी तरह गया नहीं फिर तुसीं आपदा बचाव किवें करदे हो ਅਸੀਂ ਵੀ ਗਾਈਡਲਾਈਨਸ ਫਾਲੋ ਕਰਦੇ ਹਾਂ ਜਿਹੜੀਆਂ ਹੈਗੀਆਂ ਨੇ ਜਿਹੜਾ ਨਹੀਂ ਕਰਦੇ ਉਹਨਾਂ ਨੂੰ ਕੀ ਕਹਿਣਾ ਉਹ ਵੀ ਕਰਨ ਉਹ ਵੀ ਕਰਨ ਹਨਾ ਹਾਂਜੀ ਸਮਾਜ ਲਈ ਜ਼ਰੂਰੀ ਹੈ ਸਾਰਿਆਂ ਨੂੰ ਸੁਰੱਖਿਅਤ ਰੱਖਣਾ ਹਾਂਜੀ ਹਾਂਜੀ ਅੱਛਾ ਕਰੋਨਾ 'ਚ ਫਿਰ ਤੁਸੀਂ ਪੜ੍ਹਾਈ ਦਾ ਕਿਵੇਂ ਕੀਤਾ ਪੜ੍ਹਾਈ ਤਾਂ ਜਿਵੇਂ ਹੁਣ ਆਨਲਾਈਨ ਕਲਾਸ ਵੀ ਲੱਗਦਾ ਸੀ ਉਵੇਂ ਕੀਤੀਆਂ ਸੀ ਅੱਛਾ ਮੋਬਾਈਲ ਤੋਂ ਪੜ੍ਹਦੇ ਰਹੇ ਹਾਂਜੀ ਠੀਕ ਹੈ ਤੇ ਹੋਰ ਕੀ ਕੀਤਾ ਫਿਰ ਕਰੋਨਾ 'ਚ ਇਸਨੇ ਮਾਸਕ ਦਾ ਲੰਗਰ ਵੀ ਲਾਇਆ ਸੀ ਫ੍ਰੀ ਮਾਸਕ ਦਾ ਜਿਨ੍ਹਾਂ ਨੂੰ ਲੋੜ ਸੀ ਉਹ ਲੈ ਜਾਂਦੇ ਕੀ ਬਾਤ ਹੈ ਇਹ ਮਾਸਕ ਫਿਰ ਕਿੱਥੋਂ ਤੁਸੀਂ ਪਰਚੇਜ਼ ਕੀਤੇ ਸੀ ਆਪ ਬਣਾਏ ਸੀਗੇ ਪਰਚੇਜ਼ ਕੀਤੀ ਸੀ ਸਾਡੀ ਜਿਹੜੀ ਜਿਵੇਂ ਬੱਚਿਆਂ ਦੀ ਪਿੱਗੀ ਬੈਂਕ ਹੁੰਦੀ ਹੈ ਜਿਵੇਂ ਉਹ ਸਾਡੀ ਸੀਗੇ ਉਹ ਚੋਂ ਅਸੀਂ ਕੀਤੇ ਸੀ ਕਿੰਨੇ ਕਿੰਨੇ ਫਿਰ ਮਾਸਕ ਸੀ ਕੁਝ ਯਾਦ ਹੈ ਲਗਭਗ 150 ਦੇ ਸੀਗੇ 15 1500 ਰੁਪਏ ਦੇ 150 ਮਾਸਕ ਲੈ ਕੇ ਤੁਸੀਂ ਲੰਗਰ ਲਾਇਆ ਜੀ ਕੀ ਬਾਤ ਹੈ ਅੱਛਾ 1500 ਇਕੱਠਾ ਕਿਵੇਂ ਕੀਤਾ ਇੱਕ ਜਿਹੜਾ ਮਤਲਬ ਪਾਕਟ ਮਨੀ ਮਿਲਦੀ ਸੀ ਉਹ ਸੀਗਾ ਹਾਂਜੀ ਹਾਂਜੀ ਮੌਜੂਦਾ ਜਿਹੜੇ ਪੰਜਾਬ 'ਚ ਬਦਲੀਆਂ ਚੱਲ ਰਹੀਆਂ ਨੇ ਕਰੰਟ ਅਫੇਅਰਸ ਇਹਨਾਂ ਬਾਰੇ ਕੋਈ ਸਵਾਲ ਪੁੱਛ ਲਾਂ ਮੈਂ ਡੀਜੀਪੀ ਕੌਣ ਹੈ ਪੰਜਾਬ ਦਾ ਸ੍ਰੀ ਵੀਕੇ ਪਵਰਾਜ ਰੂਪਨਗਰ ਡੀਸੀ ਪ੍ਰੀਤੀ ਯਾਦਵ ਨੇ ਤੇ ਮੋਹਾਲੀ ਅਮਿਤ ਤਲਵਾਰ ਫਤਿਹਗੜ੍ਹ ਸਾਹਿਬ ਪਨੀਤ ਸ਼ੇਰਗਿੱਲ ਐਸਐਸਪੀ ਕੌਣ ਹੈ ਫਤਿਹਗੜ੍ਹ ਸਾਹਿਬ ਦਾ ਫਤਿਹਗੜ੍ਹ ਸਾਹਿਬ ਰਵਜੋਤ ਸ਼੍ਰੀ ਰਵਜੋਤ ਸ਼੍ਰੀਮਤੀ ਰਵਜੋਤ ਕਰਿਆਲ ਠੀਕ ਹੈ ਪਟਿਆਲੇ ਦਾ ਸਾਕਸ਼ੀ ਸ਼ਾਨੀ ਸਾਕਸ਼ੀ ਤੇ ਫਰੀਦਕੋਟ ਰੂਹੀ ਮਿਸਿਸ ਰੂਹੀ ਨੇ ਠੀਕ ਹੈ ਬਦਲੀਆਂ ਹੋਈਆਂ ਐਤ ਕੀ ਕੱਲ ਤਿੰਨ ਬਦਲੀਆਂ ਹੋਈਆਂ ਜੀ ਪਤਾ ਹੈ ਉਹਨਾਂ ਬਾਰੇ ਜੀ ਕਿਹਦੀ ਕਿਹਦੀ ਹੋਈ ਹੈ ਇਤਨਾ ਪਹਿਲਾਂ ਹੋਈ ਆ ਅਰੁਣ ਸੈਣੀ ਜੀ ਦੀ ਉਹ ਲੱਗ ਗਏ ਪਠਾਨਕੋਟ ਦੇ ਠੀਕ ਹੈ ਫਿਰ ਅੰਮ੍ਰਿਤਸਰ ਦਹਾਤੀ ਦੇ ਸਵਰਨਦੀਪ ਸਿੰਘ ਲੱਗੇ ਨੇ ਰਾਜਭਵਨ ਸਿੱਧੂ ਕਪੂਰਥਲੇ ਦੇ ਲੱਗੇ ਠੀਕ ਕਰੰਟ ਅਫੇਅਰਸ ਵੀ ਸਾਰੇ ਅਖਬਾਰ ਵਗੈਰਾ ਪੜ੍ਹਦੇ ਹੋ ਨਹੀਂ ਇਹ ਕੱਲ ਜਦੋਂ ਬੱਲੀ ਹੋਈ ਸੀ ਸਾਨੂੰ ਪਾਪਾ ਨੇ ਰਾਤੇ ਦੱਸਤਾ ਸੀ ਕਿ ਸ਼ਾਇਦ ਉਹਨਾਂ ਨੇ ਪਾਪਾ ਪੂਰੀ ਮਿਹਨਤ ਕਰਦੇ ਤੁਹਾਡੇ ਪੈ ਹਾਂਜੀ ਪਾਪਾ ਨੂੰ ਸ਼ੌਂਕ ਸੀਗਾ ਹਾਂਜੀ ਤੇ ਕਿੰਨਾ ਟਾਈਮ ਦਿੰਦੇ ਆ ਤੁਹਾਨੂੰ ਪਾਪਾ ਜਦੋਂ ਅਸੀਂ ਫ੍ਰੀ ਹੁੰਨੇ ਹਾਂ ਸਾਨੂੰ ਜਦੋਂ ਵੀ ਕੋਈ ਚੀਜ਼ ਬਦਲਦੀ ਹੈ ਜਦੋਂ ਉਹਨਾਂ ਨੂੰ ਪਤਾ ਲੱਗਦਾ ਸਾਨੂੰ ਦੱਸ ਦਿੰਦੇ ਆ ਕੀ ਬਾਤ ਹੈ ਪਾਪਾ ਕਰਦੇ ਕੀ ਨੇ ਪਾਪਾ ਡੇਲੀ ਬੇਸ ਤੇ ਲੇਬਰ ਕਰਦੇ ਡੇਲੀ ਬੇਸ ਤੇ ਲੇਬਰ ਕਰਦੇ ਨੇ ਤੇ ਪਾਪਾ ਬਾਰੇ ਕੀ ਕਹਿਣਾ ਹੈ ਸਾਰਿਆਂ ਨੂੰ ਆਪਣੇ ਫਾਦਰ ਨਾਲ ਪਿਆਰ ਕਰਨਾ ਚਾਹੀਦਾ ਤੇ ਮਮਾ ਹੀ ਕਰਦੇ ਨੇ ਮਮਾ ਨਾਲ ਵੀ ਪਿਆਰ ਕਰਨਾ ਚਾਹੀਦਾ ਕਰਦੇ ਕੀ ਨੇ ਮੈਂ ਤਾਂ ਪੁੱਛਿਆ ਮਮਾ ਸਟਿਚਿੰਗ ਕਰਦੇ ਨੇ ਸਟਿਚਿੰਗ ਕਰੇ ਕੰਮ ਕਰਦੇ ਨੇ ਹਾਂਜੀ ਤੇ ਕੀ ਸੁਪਨਾ ਕੀ ਹੈ ਤੁਹਾਡਾ ਦੋਵਾਂ ਦਾ ਘਰ ਦੇ ਲਈ ਮਾਂ ਪਿਓ ਦੇ ਲਈ ਮੇਰਾ ਜਿੰਨਾ ਮੈਂ ਆਪਣੇ ਪਾਪਾ ਦਾ ਡ੍ਰੀਮ ਪੂਰਾ ਕਰਾਂ ਅੱਛਾ ਸੀਓ ਬਣ ਕੇ ਹਾਂਜੀ ਠੀਕ ਹਾਂਜੀ ਮੈਂ ਆਪਣੀ ਮਦਰ ਦਾ ਡ੍ਰੀਮ ਪੂਰਾ ਕਰਾਂ ਜੱਜ ਬਣ ਕੇ ਹਾਂਜੀ ਤੇ ਨਾਲ ਨਾਲ ਖੇਡਣਾ ਵੀ ਹੈ ਹਾਂਜੀ ਕਿਵੇਂ ਡ੍ਰੀਮ ਪੂਰਾ ਕਰਨ ਦੇ ਲਈ ਕੀ ਕੁਝ ਚਾਹੀਦਾ ਆ ਕੀ ਹੋਣਾ ਚਾਹੀਦਾ ਡ੍ਰੀਮ ਪੂਰਾ ਕਰਨ ਲਈ ਪਹਿਲਾਂ ਤਾਂ 7 ਮਹੀਨੇ ਹੋਣੀ ਚਾਹੀਦੀ ਹੈ ਸੈਕਿੰਡ ਨੰਬਰ ਤੇ ਐਜੂਕੇਸ਼ਨ ਹੋਣੀ ਚਾਹੀਦੀ ਹੈ ਬਿਲਕੁਲ ਐਜੂਕੇਸ਼ਨ ਜੋ ਤੁਹਾਨੂੰ ਮਿਲ ਰਹੀ ਹੈ ਉਹ ਠੀਕ ਮਿਲ ਰਹੀ ਹੈ ਹਾਂਜੀ ਹਾਂਜੀ ਕੀ ਡਿਮਾਂਡ ਕਰਦੇ ਹੋ ਮੰਨ ਲਓ ਚਲੋ ਆਪਾਂ ਮੈਂ ਇੱਕ ਅਪੀਲ ਅਸੀਂ ਕਰਦੇ ਹਾਂ ਵੀ ਜਿੰਨੇ ਵੀ ਦਰਸ਼ਕ ਇਹ ਵੀਡੀਓ ਜਾਂ ਗੂਗਲ ਬੁਆਏ ਗੂਗਲ ਗਰਲ ਦੇ ਇਸ ਛੋਟੇ ਛੋਟੇ ਦਿਮਾਗਾਂ ਨੂੰ ਜੋ ਦੇਖ ਰਹੇ ਨੇ ਉਹ ਅਪੀਲ ਉਹਨਾਂ ਨੂੰ ਇਹ ਹੈ ਕਿ ਬੇਸ਼ੱਕ ਇਹਨਾਂ ਦੇ ਡ੍ਰੀਮ ਵੱਡੇ ਨੇ ਬੇਸ਼ੱਕ ਇਹ ਡ੍ਰੀਮ ਆਪਣੇ ਪਰਿਵਾਰ ਲਈ ਪੂਰਾ ਕਰਨਾ ਚਾਹੁੰਦੇ ਨੇ ਪਰ ਅਜਿਹੇ ਬੱਚਿਆਂ ਨੂੰ ਅੱਗੇ ਆਉਣਾ ਦਾ ਮੌਕਾ ਮਿਲਣਾ ਚਾਹੀਦਾ ਆ ਤੁਸੀਂ ਅਪੀਲ ਕੀ ਕਰਦੇ ਹੋ ਮੈਂ ਤੁਹਾਡਾ ਮਤਲਬ ਤੁਹਾਡੇ ਵੱਲੋਂ ਹੀ ਤੁਸੀਂ ਕੀ ਕਹਿਣਾ ਚਾਹੁੰਦੇ ਜਿਹਨੇ ਦਰਸ਼ਕ ਤੁਹਾਨੂੰ ਦੇਖ ਰਹੇ ਨੇ ਪੰਜਾਬ ਸਰਕਾਰ ਨੂੰ ਅਪੀਲ ਕਰਨਾ ਚਾਹੁੰਦੇ ਤਾਂ ਉਹ ਸਾਡੀ ਹੈਲਪ ਕਰਨ ਤਾਂ ਜੋ ਸਾਨੂੰ ਦੇਖ ਕੇ ਹੋਰ ਬੱਚੇ ਪੜ੍ਹਨ ਤੇ ਅੱਗੇ ਉੱਠਣ ਤਾਂ ਜੋ ਪੰਜਾਬ ਸਾਡਾ ਵਧੀਆ ਸੂਬਾ ਬਣੇ ਵਾਹ ਕੀ ਬਾਤ ਤੁਸੀਂ ਕਹਿਣਾ ਚਾਹੁੰਦੇ ਹੋ ਜੀ ਇਹੀ ਕਾਪੀ ਪੇਸਟ ਕਰ ਦਈਏ ਅੱਛਾ ਕੰਪਿਊਟਰ ਬਾਰੇ ਕੀ ਨੌਲੇਜ ਹੈ ਕੰਪਿਊਟਰ ਕਿਹਨੇ ਬਣਾਇਆ ਚਾਰਲਸ ਬੇਬੀਸ ਤੇ ਕੰਪਿਊਟਰ ਹਾਂਜੀ ਕੰਪਿਊਟਰ ਮਾਊਸ ਡਗਲਸ ਇੰਗਲਿਸ਼ ਵਰਡ ਠੀਕ ਹੈ
ਕੰਪਿਊਟਰ ਦੀ ਜਨਰੇਸ਼ਨ ਕਿਵੇਂ ਬਦਲੀ ਕੀ ਕੁਛ ਹੈ ਕੰਪਿਊਟਰ ਦੀ ਜਨਰੇਸ਼ਨ ਪਹਿਲਾਂ ਕੰਪਿਊਟਰ ਸਭ ਤੋਂ ਪਹਿਲਾਂ ਓਨਲੀ ਕੈਲਕੂਲੇਟਰ ਲਈ ਯੂਜ਼ ਕੀਤਾ ਜਾਂਦਾ ਸੀ ਹੁਣ ਉਹ ਆਲਰਾਊਂਡਰ ਹੋ ਗਿਆ ਹੁਣ ਉਹਨੂੰ ਸਾਰੇ ਕੰਮਾਂ ਲਈ ਯੂਜ਼ ਕਰਿਆ ਜਾਂਦਾ ਟੈਕਸਟ ਮੈਸੇਜਿੰਗ ਲਈ ਕਰ ਰਿਹਾ ਇੰਟਰਟੇਨਮੈਂਟ ਲਈ ਕਰ ਸਕਦੇ ਹਾਂ ਸਪੋਰਟਸ ਲਈ ਕਰ ਸਕਦੇ ਹਾਂ ਐਜੂਕੇਸ਼ਨ ਲਈ ਕਰ ਸਕਦੇ ਹਾਂ ਬੈਂਕਿੰਗ ਲਈ ਕਰ ਸਕਦੇ ਹਾਂ ਟ੍ਰੇਡ ਲਈ ਕਰ ਸਕਦੇ ਹਾਂ ਐਪਲ ਫੋਨ ਕਿਹਨੇ ਬਣਾਇਆ ਆਈਫੋਨ ਸਟੀਵ ਜੌਬਸ ਬਲਬ ਦੀ ਖੋਜ ਥਾਮਸ ਐਡੀਸਨ ਬਲਬ ਹੋ ਗਿਆ ਕੈਮਰਾ ਨਾਈਟ ਫੋਨ ਲਿਪਸ ਓਕੇ ਰਾਕਟ ਐਰਪਲੇਨ ਐਰੋਪਲੇਨ ਰਾਈਟ ਬ੍ਰਦਰ ਐਰੋਪਲੇਨ ਰਾਈਟ ਤੇ ਹਵਾਈ ਜਹਾਜ਼ ਹਵਾਈ ਜਹਾਜ਼ ਜੀ ਰਾਈਟ ਬ੍ਰਦਰ ਟੈਲੀਫੋਨ ਜੌਨ ਲੁਕਵਰ ਓਕੇ ਟੈਲੀਫੋਨ ਗ੍ਰਾਮ ਬੈਲ ਗ੍ਰਾਮ ਬੈਲ ਉੱਤੇ ਏਸੀ ਚੱਲ ਰਿਹਾ ਹੈ ਹਾਂ ਏਸੀ ਚੱਲ ਰਿਹਾ ਹੈ ਨਾ ਏਸੀ ਵਿਲੇਜ ਕੈਰੀਅਰ ਅੱਛਾ ਏਸੀ ਕਿੰਨੇ ਤਰ੍ਹਾਂ ਦੇ ਆਉਂਦੇ ਆ ਏਸੀ ਕਈ ਤਰ੍ਹਾਂ ਦੇ ਆਉਂਦੇ ਆ ਹਾਂਜੀ ਆਪ ਜਿਹੜੇ ਜ਼ਿਆਦਾ ਚੱਲਦੇ ਆ ਦੋ ਤਰੀਕੇ ਦੇ ਆਉਂਦੇ ਆ ਇੱਕ ਵੱਡੇ ਵਾਲੇ ਇੱਕ ਛੋਟੇ ਵਾਲੇ ਇੱਕ ਵੱਡੇ ਵਾਲੇ ਇੱਕ ਛੋਟੇ ਵਾਲੇ ਇੱਕ ਵਿੰਡੋ ਏਸੀ ਹੁੰਦਾ ਇੱਕ ਸਪਲਿਟ ਏਸੀ ਕਹਿੰਦੇ ਨਾ ਨਾਨ ਵਿੰਡੋ ਏਸੀ ਕਹਿੰਦੇ ਨਾ ਜੀ ਤੇ ਮੈਨੂੰ ਵੀ ਨਹੀਂ ਕਨੋਲੋਜੀ ਆ ਅੱਛਾ ਮੈਨੂੰ ਟਿਪਸ ਦੋ ਮੈਂ ਜਿਵੇਂ ਸਾਰਾ ਕੁਝ ਯਾਦ ਕਰਨਾ ਤੁਹਾਡੇ ਮੂੰਹ ਕਿਵੇਂ ਕਰਿਆ ਕਰਾਂ ਮੈਂ ਤੁਸੀਂ ਸਰ ਹੁਣ ਤਾਂ ਤੁਸੀਂ ਸਭ ਤੋਂ ਵੱਡੇ ਹੋ ਮੈਂ ਵੱਡੇ ਦਾ ਮਤਲਬ ਥੋੜਾ ਵਿੱਚ ਸਾਰਾ ਕੁਝ ਹੀ ਪਤਾ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਅੱਛਾ ਟੀ ਦੀ ਫੁੱਲ ਫਾਰਮ ਵੀ ਕੁਝ ਹੁੰਦੀ ਆ ਹਾਂਜੀ ਟੇਸਟ ਐਂਡ ਐਨਰਜੀ ਐਡਮਿਟਿਡ ਮੈਨੂੰ ਤਾਂ ਹੁਣ ਪਤਾ ਲੱਗਿਆ ਹੁਣ ਤਾਂ ਟੀ ਨੂੰ ਚਾਹ ਕਹਿ ਕੇ ਸਾਰ ਲੈਂਦੇ ਸੀ ਅਸੀਂ ਦੱਸੋ ਵੀ ਕਿਵੇਂ ਯਾਦ ਰੱਖਣਾ ਚਾਹੀਦਾ ਸਾਰਾ ਕੁਝ ਸਰ ਰਿਵੀਜ਼ਨ ਕਰਕੇ ਸਾਰਾ ਕੁਝ ਬਦਾਮ ਬਦੂਮ ਕਿੰਨੇ ਖਾਣੇ ਤੁਸੀਂ ਬਦਾਮ 2 ਜਾਂ 10 ਬਦਾਮ ਖਾਣ ਨਾਲ ਦਈਆ ਉਹ ਮਤਲਬ ਯਾਦ ਸ਼ਕਤੀ ਤੇਜ਼ ਹੋ ਜਾਂਦੀ ਆ ਹਾਂਜੀ ਤੇ ਕਿਹਦੇ ਲਈ ਡਾਇਲੌਗ ਸੀ ਬਦਾਮ ਖਾ ਕੇ ਹੀ ਨਹੀਂ ਅਕਲ ਆਉਂਦੀ ਠੋਕਰੇ ਖਾ ਕੇ ਅਕਲ ਆਉਂਦੀ ਹੈ ਬੇਸ਼ੱਕ ਬੱਚੇ ਦੀ ਕਈ ਗੱਲ ਬਿਲਕੁਲ ਸਿਆਣੀ ਆ ਬੇਸ਼ੱਕ ਉਹਨੇ ਮਾਸੂਮੀਤ ਭਰੇ ਲਹਿਜੇ ਨਾਲ ਕਿਹਾ ਕਿ ਠੋਕਰਾਂ ਖਾ ਕੇ ਅਕਲ ਆਉਂਦੀ ਆ ਇਕੱਲੇ ਬਦਾਮ ਖਾਣ ਨਾਲ ਅਕਲ ਨਹੀਂ ਆਉਂਦੀ ਸੋ ਠੋਕਰਾਂ ਖਾਣੀਆਂ ਬਹੁਤ ਜ਼ਰੂਰੀ ਹੈ ਮੇਰੀ ਅਪੀਲ ਸਿਰਫ ਇੰਨੀ ਕਹਿ ਕੇ ਵੀਡੀਓ ਨੂੰ ਇੰਨਾ ਕੁ ਸ਼ੇਅਰ ਕਰ ਦਿਓ ਕਿ ਪੰਜਾਬ ਸਰਕਾਰ ਨਹੀਂ ਸਗੋਂ ਭਾਰਤ ਸਰਕਾਰ ਤੱਕ ਪਹੁੰਚ ਸਕੇ ਵੀਡੀਓ ਹਰ ਉਸ ਵਿਅਕਤੀ ਤੱਕ ਪਹੁੰਚ ਸਕੇ ਜੋ ਸਿੱਖਿਆ ਦੇ ਨੂੰ ਸਿੱਖਿਆ ਨੂੰ ਪਿਆਰ ਕਰਦਾ ਹੈ ਸਾਡੇ ਦੇਸ਼ ਨੂੰ ਪਿਆਰ ਕਰਦਾ ਆਉਣ ਵਾਲੇ ਭਵਿੱਖ ਨੂੰ ਪਿਆਰ ਕਰਦਾ ਹੈ ਤਾਂ ਜੋ ਇਸ ਵੀਡੀਓ ਦੇ ਜ਼ਰੀਏ ਇਸ ਇਹਨਾਂ ਬੱਚਿਆਂ ਦਾ ਭਵਿੱਖ ਸਵਾਰਿਆ ਜਾ ਸਕੇ ਬਹੁਤ ਜ਼ਰੂਰੀ ਆ ਬਹੁਤ ਜ਼ਰੂਰੀ ਜੀ ਜੀ ਮੈਂ ਵੀ ਇੱਕ ਗੱਲ ਕਹਿਣਾ ਚਾਹੁੰਦਾ ਬਿਲਕੁਲ ਮੇਰੀ ਜੇ ਵੀਡੀਓ ਭਗਵੰਤ ਮਾਨ ਜੀ ਦੇਖ ਰਹੇ ਆ ਸਾਡੇ ਸੀਐਮ ਨੇ ਮਾਨਯੋਗ ਸੀਐਮ ਨੇ ਤਾਂ ਉਹਨਾਂ ਨੂੰ ਕਹਿਣਾ ਚਾਹੁੰਦਾ ਸਾਡੀ ਪਲੀਜ਼ ਹੈਲਪ ਕਰੋ ਤਾਂ ਉਹ ਹੋਰ ਬੱਚੇ ਸਾਨੂੰ ਦੇਖ ਕੇ ਅੱਗੇ ਆਉਣ ਤੇ ਆਪਣਾ ਪੰਜਾਬ ਐਨ ਵਧੀਆ ਸੂਬਾ ਬਣ ਸਕੇ ਬਿਲਕੁਲ ਮੈਂ ਸਹਿਮਤ ਹਾਂ ਮੈਂ ਅਸੀਂ ਪੂਰੀ ਤਰ੍ਹਾਂ ਸਹਿਮਤ ਹਾਂ ਇਹਨਾਂ ਦੀ ਹੈਲਪ ਕੀਤੀ ਜਾਵੇ ਇਹਨਾਂ ਦਾ ਜੇ ਕੋਈ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਨਾਂ ਦੀ ਸਹਾਇਤਾ ਕੀਤੀ ਜਾ ਸਕਦੀ ਹੈ ਤਾਂ ਜ਼ਰੂਰ ਸਰਕਾਰ ਤੱਕ ਵੀਡੀਓ ਪਹੁੰਚਦੀ ਕਰ ਦਿਓ ਤਾਂ ਜੋ ਇਹਨਾਂ ਦਾ ਭਵਿੱਖ ਬਦਲਿਆ ਜਾ ਸਕੇ ਅਤੇ ਸਾਡੇ ਸਮਾਜ ਨੂੰ ਸਾਡੇ ਦੇਸ਼ ਨੂੰ ਸਾਡੇ ਪੂਰੀ ਜੇਕਰ ਅਸੀਂ ਇਸ ਵਕਤ ਕਹਿ ਦਈਏ ਕਿ ਜੋ ਭਵਿੱਖ ਦੀ ਗੱਲ ਕਰਦੇ ਨੇ ਭਵਿੱਖ ਬਚਾਉਣਾ ਆ ਭਵਿੱਖ ਸਵਾਰਨਾ ਆ ਆਤਮ ਨਿਰਭਰ ਬਣਨਾ ਆ ਤਾਂ ਉਸ ਨੂੰ ਇੱਕ ਵੱਖਰੀ ਦਿਸ਼ਾ ਇੱਕ ਵੱਖਰੀ ਦਸ਼ਾ ਮਿਲ ਸਕੇ